ਜਿਹੜਾ ਇਹ ਬੋਡੀ ਬਿਲਡਿੰਗ ਵਾਲਾ ਪ੍ਰੋਫੈਸ਼ਨਲ ਆ ਉਹ ਮੇਰਾ ਆਪਣਾ ਸ਼ੌਕ ਆ, ਇਸ ਵਾਸਤੇ ਮੈਂ ਆਪਣੇ ਸਮੇਂ ਵਿੱਚੋਂ ਸਮੇਂ ਕੱਢ ਕੇ ਅਤੇ ਆਪਣੀ ਐਕਸਰਸਾਈਜ਼ ਕਵਰ ਕਰ ਦਿੰਦਾ। ਇਸ ਦਾ ਕੋਈ ਮੈਟਰ ਨਹੀਂ ਹੈ, ਜਦੋਂ ਮਰਜ਼ੀ ਸ਼ੁਰੂ ਕਰ ਲਏ, ਕਿਉਂਕਿ ਇੱਕ ਇਨਸਾਨ ਹੀ ਹੈ ਜੋ ਕੰਮ ਸ਼ੁਰੂ ਕਰਦਾ ਉਹਨੂੰ ਫਿਨਿਸ਼ ਵੀ ਆਸਾਨੀ ਨਾਲ ਕਰ ਸਕਦਾ। ਮੇਰਾ ਨਾਮ ਜੀ ਦੀਦਾਰ ਸਿੰਘ ਆ, ਪਿੰਡ ਮੇਰਾ ਸੇਖਵਾਂ, ਔਰ ਇਸ ਟਾਈਮ ਮੈਂ ਪੰਜਾਬ ਪੁਲਿਸ ਵਿੱਚ ਮਤਲਬ ਬਤੌਲ ਹੌਲਦਾਰ ਨੌਕਰੀ ਕਰ ਰਿਹਾ ਜੀ। ਮੇਰੀ ਉਮਰ ਜੀ ਤਕਰੀਬਨ 57 ਸਾਲ ਜੀ। ਜਿਮ ਵੈਸੇ ਤਾਂ ਮੈਂ ਪਹਿਲਾਂ ਹੀ ਸੀਗਾ, ਸਪੋਰਟਸਮੈਨ ਸੀਗਾ, ਪਰ ਜਿਹੜਾ ਮਸਲ ਬਣਾਉਣ ਵੱਲ ਖਿਆਲ ਆ ਤਕਰੀਬਨ 8-9 ਸਾਲ ਤੋਂ। ਸ਼ਡਿਊਲ ਜੀ ਮੇਰਾ ਤਕਰੀਬਨ 4 ਵਜੇ ਉੱਠਦਾ ਜੀ ਮੈਂ, ਅਤੇ 4 ਵਜੇ ਉੱਠ ਕੇ ਮੈਂ ਤਕਰੀਬਨ 5:30 ਜਿਮ 'ਚ ਜਾਂਦਾ। ਜਿਮ ਮਤਲਬ 5:30 ਤੋਂ 7:30 ਤੱਕ ਜਿਮ ਦੇ ਵਿੱਚ ਚੱਲੀਦਾ ਜੀ। ਪਹਿਲੇ 15-20 ਮਿੰਟ ਵਾਰਮਅਪ, ਲਾਸਟ 15-20 ਮਿੰਟ ਸਟੈਚਿੰਗ, ਔਰ ਤਕਰੀਬਨ 1.5 ਘੰਟਾ ਐਕਸਰਸਾਈਜ਼। ਜਿਹੜਾ ਵੀ ਸ਼ਡਿਊਲ ਹੋਵੇ ਉਸ ਹਿਸਾਬ ਨਾਲ, ਜਿੱਦਾਂ ਸੋਮਵਾਰ ਨੂੰ ਚੈਸਟ ਡੇ ਹੋ ਜਾਂਦਾ ਜੀ, ਨਾਲ ਬਾਈਸੈਪ ਜਾਂ ਟ੍ਰਾਈਸੈਪ ਕੋਈ ਵੀ ਐਕਸਰਸਾਈਜ਼ ਲਾ ਲਈ, ਇਸ ਤਰ੍ਹਾਂ ਪੂਰੇ ਵੀਕ ਦਾ ਸ਼ਡਿਊਲ ਹੁੰਦਾ ਜੀ, ਔਰ ਉਸ ਤਰੀਕੇ ਨਾਲ ਚੱਲਦੇ ਰਹੇ। ਦੇਖੋ ਜੀ, ਚੱਕਰ ਇਸ ਤਰ੍ਹਾਂ ਕਿ ਅਸੀਂ ਪੰਜਾਬ ਸਰਕਾਰ ਤੋਂ ਪੈਸੇ ਲੈ ਰਹੇ ਹਾਂ, ਔਰ ਸਾਨੂੰ ਡਿਊਟੀ ਤਾਂ ਆਪਣੀ ਤਨਦੇਹੀ ਨਾਲ ਨਿਭਾਉਣੀ ਪਊਗੀ ਜਿਹੜੀ ਸਾਨੂੰ ਡਿਊਟੀ ਦਿੱਤੀ ਹੋਈ ਹੈ। ਜਿਹੜਾ ਇਹ ਬੋਡੀ ਬਿਲਡਿੰਗ ਵਾਲਾ ਪ੍ਰੋਫੈਸ਼ਨਲ ਆ ਉਹ ਮੇਰਾ ਆਪਣਾ ਸ਼ੌਕ ਆ, ਇਸ ਵਾਸਤੇ ਮੈਂ ਆਪਣੇ ਸਮੇਂ ਵਿੱਚੋਂ ਸਮੇਂ ਕੱਢ ਕੇ ਅਤੇ ਆਪਣੀ ਐਕਸਰਸਾਈਜ਼ ਕਵਰ ਕਰਦੇ ਹਾਂ। ਖਾਣ ਪੀਣ ਵਿੱਚ ਜੀ ਮੈਂ ਘਰ ਦੀ ਡਾਇਟ ਹੀ ਇਸਤੇਮਾਲ ਕਰਦਾ ਜੀ, ਜਿਸ ਤਰ੍ਹਾਂ ਐੱਗ, ਦਲੀਆ ਜਿਸ ਤਰ੍ਹਾਂ ਛੋਲੇ, ਕਣਕ, ਜਵਾਰ, ਸੋਇਆ ਦਾਲ, ਔਰ ਜਿਸ ਤਰ੍ਹਾਂ ਬਾਜਰਾ ਵਗੈਰਾ, ਇਹਨੂੰ ਨਾਰਮਲ ਜਿਹਾ ਫਰਾਈ ਕਰਕੇ ਇਹਨਾਂ ਨੂੰ ਪਿਆ ਲਈਦਾ ਜੀ, ਔਰ ਇਹਨਾਂ ਦਲੀਆ ਬਣਾ ਕੇ ਖਾਈਦਾ। ਦੇਖੋ ਜੀ, ਜਿਹੜੀ ਏਜ਼ ਆ ਇਹ ਤਾਂ ਇੱਕ ਮੰਨ ਲਓ ਨੰਬਰ ਹੈ ਜੀ, ਕਿ ਜਿਸ ਤਰ੍ਹਾਂ ਮੇਰੀ 57 ਸਾਲ ਆ ਅਤੇ ਮੇਰਾ ਇੱਕ 57 ਸਾਲ ਨੰਬਰ ਆ। ਕੋਈ ਵੀ ਜਿਹੜਾ ਇਨਸਾਨ ਆ, ਜਦੋਂ ਏਜ਼ ਦਾ ਕੋਈ ਮੈਟਰ ਨਹੀਂ ਹੈ, ਜਦੋਂ ਮਰਜ਼ੀ ਸ਼ੁਰੂ ਕਰ ਲਏ, ਕਿਉਂਕਿ ਇੱਕ ਇਨਸਾਨ ਹੀ ਹੈ ਜੋ ਕੰਮ ਸ਼ੁਰੂ ਕਰਦਾ ਉਹਨੂੰ ਫਿਨਿਸ਼ ਵੀ ਆਸਾਨੀ ਨਾਲ ਕਰ ਸਕਦਾ, ਔਰ ਉਸਦਾ ਬੈਨੀਫਿਟ ਵੀ ਲੈ ਸਕਦਾ। ਯੂਥ ਨੂੰ ਤਾਂ ਮੇਰਾ ਇਹੋ ਮੈਸੇਜ ਹੈ ਜੀ ਕਿ ਨਸ਼ੇ ਪੱਤੇ ਤੋਂ ਦੂਰ ਰਹਿਣ ਜੀ, ਔਰ ਕੋਸ਼ਿਸ਼ ਕਰਨ ਕਿ ਆਪਣੇ 24 ਘੰਟਿਆਂ ਦੇ ਜਿਹੜੀ ਦਿਨ ਦੀ ਰੋਜ਼ ਆਪਣਾ ਕੰਮ ਕਾਰ ਕਰਦੇ ਆ, ਉਸ ਦੇ ਵਿੱਚੋਂ ਤਕਰੀਬਨ 1-1.5 ਘੰਟਾ ਕੱਢ ਕੇ, ਯੂਥ ਹੀ ਨਹੀਂ ਬਲਕਿ ਸਾਡੀ ਏਜ਼ ਦੇ ਵੀ ਨੌਜਵਾਨ ਜਾਂ ਜਿਹੜੇ ਮਤਲਬ ਮੇਰੀ ਏਜ਼ ਦੇ ਨੇ, ਬੁਢਾਪਾ ਆਪਣੇ ਉਹਨੂੰ ਕਿ ਸਮਝਦਾ ਕਿ ਮੈਂ ਬੁੱਢਾ ਹੋ ਗਿਆ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਆਪਣਾ ਸਮੇਂ 'ਚੋਂ ਸਮੇਂ ਕੱਢ ਕੇ 1-1.5 ਘੰਟਾ ਆ ਕੇ ਇੱਥੇ ਸਾਈਕਲਿੰਗ ਕਰਨ, ਛੋਟੀ ਛੋਟੀ ਐਕਸਰਸਾਈਜ਼ ਕਰਨ। ਜ਼ਰੂਰੀ ਨਹੀਂ ਕਿ ਬਹੁਤਾ ਜ਼ਿਆਦਾ ਹੀ ਵੇਟ ਚੁੱਕਣਾ ਵਾ, ਆਪਣੀ ਔਕਾਤ ਦੇ ਮੁਤਾਬਕ ਜਿੰਨੇ ਕੁ ਅਸੀਂ ਵੇਟ ਚੱਕ ਸਕਦੇ ਹਾਂ। ਅਗਰ ਅਸੀਂ 5 ਕਿਲੋ ਵਾਲਾ ਡੰਬਲ ਚੱਕ ਸਕਦੇ ਤਾਂ 5 ਨਾਲ ਐਕਸਰਸਾਈਜ਼ ਕਰੋ, ਉਸਦਾ ਵੀ ਸਾਨੂੰ ਬੈਨੀਫਿਟ ਮਿਲਦਾ। ਜ਼ਰੂਰੀ ਨਹੀਂ ਕਿ 25 ਕਿਲੋ ਵਾਲਾ ਡੰਬਲ ਹੀ ਚੱਕਣਾ ਐਕਸਰਸਾਈਜ਼, ਕਿਉਂਕਿ ਜਿਹੜੀ ਮਿਹਨਤ ਆ ਉਹ ਸਿਆਣੇ ਕਹਿੰਦੇ ਕਿ ਵਿਅਰਥ ਨਹੀਂ ਜਾਂਦੀ। ਮੇਰਾ ਸੁਪਨਾ ਜੀ ਆਪਣੀ ਏਜ ਦੇ ਅਕੋਰਡਿੰਗ ਬੋਡੀ ਬਿਲਡਿੰਗ ਕਰਨਾ, ਔਰ ਅੱਗੇ ਵਧੀਆ ਕਰਕੇ ਦੱਸਣ ਦੀ ਮਤਲਬ ਕੋਸ਼ਿਸ਼ ਕਰਨੀ ਆ, ਕਿ ਮਤਲਬ ਥੋੜ੍ਹਾ ਅਲੱਗ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਮੈਂ ਚੰਗਾ ਕੰਮ ਕਰੂੰਗਾ ਅਤੇ ਫਿਰ ਉਹ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸਿਆ ਕਿ ਮੈਂ ਪੰਜਾਬ ਪੁਲਿਸ ਜੋਬ ਕਰ ਰਿਹਾ, ਅਤੇ ਜੇ ਮੈਂ ਚੰਗਾ ਕਰੂੰਗਾ ਤਾਂ ਨਾ ਤਾਂ ਆਪਣੇ ਆਪ ਹੀ ਮਹਿਕਮੇ ਦਾ ਚਮਕ ਜਾਂਦਾ ਜੀ, ਕਿ ਹੁਣ ਜਿੱਦਾਂ ਮੈਂ ਹੀ ਯੂਨੀਫਾਰਮ ਪਾਈ ਹੁੰਦੀ ਆ, ਵਰਦੀ ਪਾ ਕੇ ਮੈਂ ਡਿਊਟੀ ਕਰਦਾ ਆਪਦੀ, ਅਤੇ ਦੇਖਣ ਵਾਲਾ ਦੇਖਦੇ ਹੀ ਆ ਕਿ ਮਤਲਬ ਡਿਊਟੀ ਕਰਨ ਵਾਲਾ ਜਿਹੜਾ ਇਨਸਾਨ ਆ ਇਹ ਫਿੱਟ ਫਾਟ ਆ, ਔਰ ਆ ਕੇ ਲੋਕ ਪੁੱਛਦੇ ਵੀ ਆ ਕਿ ਸਰ ਤੁਹਾਡਾ ਕੀ ਖਾਣ ਪੀਣ ਆ, ਤੁਹਾਡਾ ਕੀ ਤੁਸੀਂ ਇਸਤੇਮਾਲ ਕਰਦੇ ਜੇ, ਜਾਂ ਕਿਸ ਤਰ੍ਹਾਂ ਦੀ ਟ੍ਰੇਨਿੰਗ ਕਰਦੇ ਜੇ, ਅਤੇ ਅਸੀਂ ਦੱਸਦੇ ਵੀ ਹਾਂ ਉਹਨਾਂ ਨੂੰ। ਮੈਂ ਆਪਣੇ ਆਪ ਨੂੰ ਅਜੇ ਤਿਆਰ ਨਹੀਂ ਸਮਝਦਾ,
ਜਿੱਦਣ ਮੈਂ ਤਿਆਰ ਹੋ ਗਿਆ ਤਾਂ ਮੈਂ ਆਪਣੀ ਏਜ ਦੇ ਹਿਸਾਬ ਨਾਲ ਕੰਪੀਟੀਸ਼ਨ ਲੜੂੰਗਾ ਜੀ।